ਹਾਈ ਐਵਰੀਵਨ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਪੰਜਾਬ ਐਗਜ਼ਾਮਸ ਯੂਟਿਊਬ ਚੈਨਲ 'ਤੇ। ਸੋ ਜਿਵੇਂ ਕਿ ਸਭ ਤੋਂ ਪਤਾ ਹੀ ਹੈ ਕਿ ਕੱਲ੍ਹ UGC ਨੈਟ ਦਾ ਐਗਜ਼ਾਮ ਜੋ ਹੈ ਜੀ 18 ਜੂਨ ਨੂੰ ਕੰਡਕਟ ਕੀਤਾ ਗਿਆ ਸੀ, ਜਿਹਦੇ ਵਾਸਤੇ ਅਰਾਊਂਡ 11 ਲੱਖ ਬੱਚਿਆਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਸੀ, ਪਰ ਕੁਛ ਕੁ ਕਾਰਨਾਂ ਕਰਕੇ ਜੀ ਐਗਜ਼ਾਮ ਨੂੰ ਕੈਂਸਲ ਕਰ ਦਿੱਤਾ ਗਿਆ ਹੈ। ਅਤੇ ਹੁਣੇ 10-15 ਮਿੰਟ ਪਹਿਲਾਂ ਹੀ ਮਿਨਿਸਟਰੀ ਆਫ ਐਜੂਕੇਸ਼ਨ ਵੱਲੋਂ ਉਹਨਾਂ ਦੇ ਹੈਂਡਲ, ਟਵਿੱਟਰ ਹੈਂਡਲ 'ਤੇ ਟਵੀਟ ਪਾਇਆ ਗਿਆ। ਅਤੇ ਉਹਦੇ ਕਾਰਨ ਇਹੀ ਹੋ ਸਕਦੇ ਨੇ ਕਿ ਜਿਵੇਂ ਉਹਨਾਂ ਨੂੰ ਲੱਗਿਆ ਕਿ ਕੁਛ ਨਾ ਕੁਛ ਉਹਦੇ ਵਿੱਚ ਗੜਬੜ ਹੋਈ ਹੈ ਐਗਜ਼ਾਮ ਦੀ ਕੰਡਕਸ਼ਨ ਦੇ ਵਿੱਚ, ਸੋ ਉਹਨਾਂ ਕਾਰਨਾਂ ਕਰਕੇ ਐਗਜ਼ਾਮ ਨੂੰ ਕੈਂਸਲ ਕਰ ਦਿੱਤਾ ਗਿਆ ਹੈ। ਅਤੇ ਤੁਸੀਂ ਸਕਰੀਨ ਦੇ ਉੱਪਰ ਦੇਖ ਵੀ ਸਕਦੇ ਹੋ, ਗਵਰਨਮੈਂਟ ਇਜ਼ ਕਮਿਟਡ ਟੂ ਇਨਸ਼ੋਰ ਦ ਸੈਂਟਿਟੀ ਆਫ ਐਗਜ਼ਾਮੀਨੇਸ਼ਨਸ ਐਂਡ ਪ੍ਰੋਟੈਕਟ ਦ ਇੰਟਰਸਟ ਆਫ ਸਟੂਡੈਂਟਸ। ਸੋ ਇਸ ਕਰਕੇ ਮਿਨਿਸਟਰੀ ਆਫ ਐਜੂਕੇਸ਼ਨ ਹੈਜ਼ ਡਿਸਾਈਡਡ ਦੈਟ ਦ UGC ਨੈਟ June 2024 ਐਗਜ਼ਾਮੀਨੇਸ਼ਨ ਬੀ ਕੈਂਸਲਡ ਔਨ ਦ ਬੇਸਿਸ ਆਫ ਇਨਪੁੱਟਸ ਫਰੋਮ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ। ਤਾਂ ਜੇ ਕੁਛ ਇਨਪੁੱਟਸ ਮਿਲੇ ਨੇ ਇਹਨਾਂ ਨੂੰ, ਜਿਸ ਕਰਕੇ ਐਗਜ਼ਾਮ ਜੋ ਹੈ ਕੱਲ੍ਹ ਵਾਲਾ ਕੈਂਸਲ ਕਰ ਦਿੱਤਾ ਗਿਆ। ਅਤੇ ਜੋ ਕੇਸ ਹੈ ਉਹ ਸਾਰਾ CBI ਨੂੰ ਸੌਂਪ ਦਿੱਤਾ ਗਿਆ। ਅਤੇ ਨਵੀਆਂ ਡੇਟਸ ਜੋ ਨੇ ਜੀ ਉਹ ਐਗਜ਼ਾਮ ਦੀਆਂ ਜਲਦ ਹੀ ਜਾਰੀ ਕਰ ਦਿੱਤੀਆਂ ਜਾਣਗੀਆਂ। ਅਤੇ ਜਿਹੜੇ ਸਟੂਡੈਂਟਸ ਨੇ ਐਗਜ਼ਾਮ ਦਿੱਤਾ ਸੀ, ਰਜਿਸਟ੍ਰੇਸ਼ਨ ਕੀਤੀ ਹੋਈ ਸੀਗੀ, ਸੋ ਉਹਨਾਂ ਦੇ ਲਈ ਇਹੀ ਸੁਜੈਸ਼ਨ ਹੈ ਕਿ ਆਪਣੀ ਪ੍ਰਪਰੇਸ਼ਨ ਫਿਰ ਤੋਂ ਸ਼ੁਰੂ ਕਰ ਦਿਉ। ਵੈਸੇ ਚਲੋ ਵਧੀਆ ਗੱਲ ਹੈ ਕਿ ਅਗਰ ਉਹਨਾਂ ਨੂੰ ਕੁਛ ਗੜਬੜ ਲੱਗੀ ਹੈ ਤਾਂ ਐਗਜ਼ਾਮ ਨੂੰ ਕੈਂਸਲ ਕਰ ਦਿੱਤਾ ਗਿਆ। ਅਦਰਵਾਈਜ਼ ਜਿਵੇਂ ਆਪਾਂ ਦੇਖੀਏ ਕਿ ਨੀਟ ਦੇ ਵਿੱਚ ਬਹੁਤ ਜ਼ਿਆਦਾ ਕਾਇੰਡ ਆਫ ਕਹਿ ਲਓ ਕਿ ਵੀ ਬੜੀ ਜ਼ਿਆਦਾ ਉਹਦੇ ਵਿੱਚ ਪ੍ਰੋਬਲਮ ਆਈ ਹੈ। ਸੋ ਬੈਟਰ ਹੈ ਕਿ ਪਹਿਲਾਂ ਹੀ ਸਟੈਪ ਲੈ ਲਏ ਜਾਣ। ਅਤੇ ਹੁਣ ਇਹਦੀਆਂ ਜੋ ਨਵੀਆਂ ਡੇਟਸ ਨੇ ਉਹ ਜਲਦ ਹੀ ਬੋਰਡ ਵੱਲੋਂ ਜਾਰੀ ਕਰ ਦਿੱਤੀਆਂ ਜਾਣਗੀਆਂ। ਸੋ ਵੀਡੀਓ ਨੂੰ ਬਾਕੀਆਂ ਦੇ ਨਾਲ ਵੀ ਜ਼ਰੂਰ ਸ਼ੇਅਰ ਕਰਿਓ। ਥੈਂਕ ਯੂ, ਥੈਂਕਸ ਫੋਰ ਵਾਚਿੰਗ।